ਇਸੀ ਦੋਸਤੋ ਦਰਿਆ ਚਨਾਬ ਦੇ ਬਿਲਕੁਲ ਕਿਨਾਰੇ ਦੇ ਉੱਤੇ ਆ ਗਏ ਹੈ। ਇਹ ਪਰਾਂ ਤੱਕ ਉਹ ਦਰਿਆ ਚਨਾਬ ਨਜ਼ਰ ਆਉਂਦਾ ਪਿਆ, ਇਸ ਜਗ੍ਹਾ ਤੇ ਬਿਲਕੁਲ ਖੂਹ ਹੀ ਗਿਆ ਨਹੀਂ। ਮਾਸ਼ਾਅੱਲਾ ਪਾਣੀ ਦੇਖੋ ਤੁਸੀਂ। ਸਲਾਮ ਵਾਲੇਕਮ ਦੋਸਤੋ, ਕੀ ਹਾਲ ਹੈ, ਤਬੀਅਤ ਠੀਕ ਹੈ? ਮੈਂ ਖਾਲਿਦ ਭੱਟੀ, ਤੁਹਾਡੇ ਤੇ ਯੂਟਿਊਬ ਚੈਨਲ ਭੱਟੀ ਵਲੌਗ 786। ਦੋਸਤੋ ਅੱਜ ਦਾ ਨਵਾਂ ਮੇਲੋ ਕਰਨ ਦੇ ਸਟਾਰਟ ਤੇ ਅੱਜ ਦੀ ਵੀਡੀਓ ਸਟਾਰਟ ਕਰਨ ਕਰ ਮੇਰਾ ਸਾਰਾ ਚੈਨਲ ਲਾਜ਼ਮਾ ਸਬਸਕ੍ਰਾਈਬ ਕਰੇ ਸੋ ਬੈਲ ਆਈਕਨ ਆਪ ਦੇ ਲਾਜ਼ਮਾ ਪ੍ਰੈਸ ਕਰੇ ਸੋ ਤਾਂ ਕਿ ਸਾਰੀ ਆਉਣ ਵਾਲੀ ਵੀਡੀਓ ਤੁਹਾਨੂੰ ਜਲਦੀ ਨਾਲ ਮੁਜੱਸਰ ਦੀ। ਦੋਸਤੋ ਅੱਜ ਸੀ ਸਾਡੇ ਕੋਲ ਆਇਆ ਦਿਨ ਮੁਜਾਹਿਦ ਭਾਈ ਬਾਬਲਪੁਰੀ। ਮੁਜਾਹਿਦ ਭਾਈ ਨੇ ਅਸੀਂ ਅੱਜ ਸਾਕੋ ਆ ਕੇ ਕਿ ਅੱਜ ਅਸਾਂ ਨਵੀਂ ਚੀਜ਼ ਦੇਖਣਾ ਚਾਹੁੰਦੇ ਹਾਂ, ਕਿਉਂਕਿ ਤੁਹਾਨੂੰ ਪਤਾ ਹੈ ਇੱਥੇ ਸਾਡੇ ਕੋਲ ਟੋਟਲ ਜਿੰਨਾ ਵੀ ਚੀਜ਼ ਆਣ ਅਸਾਂ ਆਪਣੇ ਵਿਲੇਜ ਦਾ ਆਪਣੇ ਗਾਉਂ ਜਾਂ ਮੁਜਾਹਿਦ ਭਾਈ ਕੋ ਦਿਖਾ ਚੁੱਕੇ ਹਾਂ ਅਤੇ ਅਸਾਂ ਆ ਕੇ ਕਿਉਂ ਨਾ ਅੱਜ ਤੁਹਾਨੂੰ ਅਸਾਂ ਦਰਿਆ ਦਾ ਵਿਜ਼ਿਟ ਕਰਵਾਉਂ। ਜਿਵੇਂ ਜੀ ਅਸੀਂ ਅੱਜ ਵੇਲੇ ਦਾ ਪਿੱਛੇ ਦਰਿਆ ਦੇ ਦੇਖੋ ਵੱਲ ਕਿਆ ਮਿਲਦਾ ਸੀ ਅਤੇ ਦੋਸਤੋ ਇਹ ਤੁਹਾਨੂੰ ਟੋਟਲ ਏ ਸੀ ਪਿੱਛਾ ਤੁਹਾਨੂੰ ਨਜ਼ਰ ਆਉਂਦਾ ਪਿਆ, ਪਹਿਲੇ ਇਹ ਜਗ੍ਹਾ ਦੇ ਉੱਤੇ ਦਰਿਆ ਚਨਾਬ ਪਾਉਂਦਾ ਸੀ। ਦੋਸਤੋ ਇਲਾਕਾ ਸੀ ਮੁਜ਼ੱਫਰਗੜ੍ਹ ਦਾ ਅਤੇ ਰੋਹਿਲਾ ਮਾਲੀ ਅਤੇ ਸ਼ੁਰੇਬਾਦ ਦੇ ਬਿਲਕੁਲ ਹੀ ਦਰਮਿਆਨ ਦੇ ਵਿੱਚ ਜਗ੍ਹਾ ਸੀ ਸਾਂ ਸਿਵੇਂ ਦੇ ਪਿਆ ਹੁਣ ਵੱਡੇ ਦਰਿਆ ਦੇ ਉੱਤੇ। ਅਤੇ ਦੋਸਤੋ ਸਾਡੇ ਨਾਲ ਰਾਸੋ ਅੱਜ ਦੀ ਵੀਡੀਓ ਬੜੀ ਧਮਾਕੇਦਾਰ ਦੀ ਵਾਲੀ, ਇਨਸ਼ਾਅੱਲਾ ਕਸ਼ਤੀ ਦੇ ਬਾਸੋ, ਇਨਸ਼ਾਅੱਲਾ ਕਸ਼ਤੀ ਦੀ ਵੀ ਬਹਿਣ ਕੋ ਸੈਰ ਕਰਵੇ ਸੂ ਜਾਇਦ ਭਾਈ ਕੋ, ਇਨਸ਼ਾਅੱਲਾ ਦੋਸਤੋ ਸਾਡੇ ਨਾਲ ਰਾਸੋ। ਇਹ ਦੋਸਤੋ ਟੋਟਲ ਤੋਂ ਕੋਈ ਦਰਿਆ ਚਨਾਬ ਦਾ ਇਲਾਕਾ ਨਜ਼ਰ ਆਉਂਦਾ ਪਿਆ ਸੀ। ਮਾਸ਼ਾਅੱਲਾ ਦੇਖੋ ਸੀ ਪਹਿਲੇ ਜਿਹੜਾ ਸਿਲਾਬ ਆਇਆ, ਸਿਲਾਬ ਜਿਵੇਂ ਬਿਲਕੁਲ ਹੀ ਲੈ ਗਈ ਤਾ ਇੱਥਾਂ, ਪਹਿਲੇ ਕਪਾਹ ਵਗੈਰਾ ਹੁੰਦੀ, ਕਪਾਹ ਸਾਰੀ ਖਤਮ ਸੀ ਗਈ, ਫਸਲਾਂ ਸਾਰਿਆਂ ਬਰਬਾਦ ਸੀ ਗਏ ਅਤੇ ਜਿਹਦੀ ਵਜ੍ਹਾ ਕਨੇ ਦੇਖਦੇ ਪਏ ਹੁਣ ਸਮੇਂ ਦੇ ਪਏ ਸੀ ਗਾਂਗੇ ਦੇ ਪੱਤਣ ਦੇ ਉੱਤੇ। ਦੋਸਤੋ ਸਾਡੇ ਨਾਲ ਰਾਸੋ, ਦੇਖ ਸਕਦੇ ਟੋਟਲ ਤੋਂ ਕੋਈ ਇਲਾਕਾ ਜਿਹਾ ਨਾ, ਟੋਟਲ ਦਰਿਆ ਚਨਾਬ ਦੇ ਲੱਗਾ ਹਰ ਪਾਸੋਂ ਬਿਲਕੁਲ ਹੀ ਸਨਾਟਾ ਹੀ ਸਨਾਟਾ ਹੀ ਤਾਂ ਕੋਈ ਬਿਲਕੁਲ ਇੱਕ ਉਡੁਗੜ ਦਾ ਬੰਦਾ ਮਸਲਾ ਆਦੇ ਸੜਕ ਦੇ ਉੱਤੇ, ਬਾਕੀ ਟੋਟਲ ਬੰਦਾ ਹੈ ਟੋਟਲ ਹੀ ਅਸਲ ਰਸਤਾ ਬਿਲਕੁਲ ਹੀ ਸੰਸਾਨ ਹੈ ਅਤੇ ਟੋਟਲ ਜਾਨਵਰ ਵਗੈਰਾ ਵੀ ਤੁਹਾਨੂੰ ਨਜ਼ਰ ਆਉਣਾ ਪਊ ਤਾਂ, ਕਿਉਂਕਿ ਜਿਹੜੇ ਦੋਸਤੋ ਅਕਸਰ ਜੱਟ ਹਜ਼ਰਾਤ ਦੇ ਜਾਨਵਰ ਵਗੈਰਾ ਹਨ ਉਹ ਸਾਰੇ ਹੀ ਸਾਈਡ ਦੇ ਨਿਕਲ ਆਉਣ ਔਰ ਮੁਫਤ ਪਲਣ ਵਾਸਤੇ ਘਾਹ ਸ਼ਾਹ ਚਾਰ ਚੂਰ ਕੇ ਇਹਨੂੰ ਸਮਝੋ ਚੱਲੇ ਪਏ ਨੇ। ਇਹ ਜਗ੍ਹਾ 'ਤੇ ਸ਼ਾਇਦ ਵਾਲੀ ਗੱਲ ਬੋਰ ਲੱਗਿਆ ਹੋਇਆ ਜਿਹੜਾ ਸਿਲਾਬ ਦੇ ਵਿੱਚ ਬਿਲਕੁਲ ਖਤਮ ਦੀ ਗਏ। ਜ਼ੂਮ ਕਰਕੇ ਤੁਹਾਨੂੰ ਦਿਖਾਵਾਂ ਉਹ ਜਗ੍ਹਾ 'ਤੇ ਅਸੀਂ ਦੇਖ ਸਕਦੇ ਉੱਥੇ ਬਿਲਕੁਲ ਹੁਣ ਨਵਾਂ ਸ਼ਾਇਦ ਮਕਾਨ ਪਲਿਆ ਖੜੇ, ਪਹਿਲੇ ਵਾਲਾ ਮਕਾਨ ਬਹਿ ਗਏ। ਇਹ ਅਸੀਂ ਦੋਸਤੋ ਦਰਿਆ ਚਨਾਬ ਦੇ ਬਿਲਕੁਲ ਕਿਨਾਰੇ ਦੇ ਉੱਤੇ ਆ ਗਏ ਹੈ। ਇਹ ਪਰਾਂ ਤੁਹਾਨੂੰ ਦਰਿਆ ਚਨਾਬ ਨਜ਼ਰ ਆਉਂਦਾ ਪਿਆ, ਦੇਖੋ ਮਾਸ਼ਾਅੱਲਾ ਇਹ ਤਾਂ ਬੋਰ ਦੇਖੋ, ਇਹ ਜਗ੍ਹਾ 'ਤੇ ਬਿਲਕੁਲ ਖੂਹ ਹੀ ਗਿਆ ਨਹੀਂ, ਇਹ ਬਿਲਕੁਲ ਹੀ ਬੋਰ ਜਿਹੜਾ ਉਹਦਾ ਪੰਪ ਲੱਗਿਆ ਬਿਲਕੁਲ ਹੀ ਪਰ ਸਾਹਮਣੇ ਉੱਚਾ ਬਿਲਕੁਲ ਉੱਚਾ ਪੈ ਗਿਆ ਪਾਣੀ, ਮਾਸ਼ਾਅੱਲਾ ਫੋਲਾ ਨਾ ਪਏ, ਮਾਸ਼ਾਅੱਲਾ ਪਾਣੀ ਦੇਖੋ ਤੁਸੀਂ VIP ਜ਼ਬਰਦਸਤ ਪਾਣੀ, ਮਾਸ਼ਾਅੱਲਾ ਦੇਖੋ ਪਾਣੀ ਦੀ ਰਫਤਾਰ ਚੈੱਕ ਕਰੋ, ਟਰੈਕਟਰ ਸੀ ਲੱਗਿਆ ਖੜੇ, ਦਿਹਾਤ ਦੇ ਰੰਗ ਸੀ ਚੈੱਕ ਕਰੋ, ਮਾਸ਼ਾਅੱਲਾ ਦਿਹਾਤ ਦਾ ਜਿਹੜਾ ਪੇਟ ਹੈ ਬਿਲਕੁਲ ਹੀ ਤਲੇ ਬਣ ਚੁੱਕੇ, ਪਾਣੀ ਜਿਹੜਾ ਟੋਟਲ ਹੀ ਤਲੇ ਲੈ ਗਏ, ਬਾਕੀ ਉਹ ਜਗ੍ਹਾ ਬੱਚੀ ਖੜੀ ਹੈ ਬਿਲਕੁਲ ਜਿੱਥਾਂ ਕਸ਼ਤੀ ਵਗੈਰਾ ਹੈ ਅਤੇ ਜਿਹੜੇ ਬਈ ਸਵਾਰਿਆਂ ਵਗੈਰਾ ਨੂੰ ਉਹਨਾਂ ਕੋਲ ਚਾਹ ਚੂਹ ਤਾਂ ਬੰਦਾ ਆਰ ਜਾਂ ਪਾਰ ਪੁੱਜਣ ਨਹੀਂ ਥਾ ਮਾਰਕਾ। ਅਤੇ ਦੋਸਤੋ ਬਾਕੀ ਟੋਟਲ ਹਰ ਪਾਸੋਂ ਇਹ ਤਕਰੀਬਨ ਅੱਜ ਤੂੰ ਮਹੀਨਾ ਡੇਢ ਮਹੀਨਾ ਪਹਿਲੇ ਤੁਸੀਂ ਮੇਰੀ ਇੱਕ ਵੀਡੀਓ ਡਿਠੋ ਸੀ, ਟੋਟਲ ਪਿੱਛਾ ਜਿੱਦਾਂ ਜਿਹੜਾ ਤਾਂ ਕੋਈ ਇਲਾਕਾ ਨਜ਼ਰ ਆਉਂਦਾ ਟੋਟਲ ਤਕਰੀਬਨ ਤੂੰ ਇਹ ਜਗ੍ਹਾ ਕਨੇ ਰੱਖ ਕੇ ਜਿੱਥੇ ਮੈਂ ਇਹ ਟਾਈਮ ਖੜਾ ਥੀਆਂ ਇਹ ਜਗ੍ਹਾ ਕਨੇ ਰੱਖ ਕੇ ਤਕਰੀਬਨ ਪਿੱਛਾ 2 ਕਿਲੋਮੀਟਰ ਦੂਰ ਤੱਕ ਟੋਟਲ ਇੱਥੇ ਪਾਣੀ ਹੀ ਪਾਣੀ ਹੈ। ਕਿਉਂ ਨਾ ਮੈਂ ਕਿ ਅੱਜ ਵਿਜ਼ਿਟ ਕਰੂੰ ਦਰਿਆ ਦਾ, ਕਿਉਂਕਿ ਮੁਜਾਹਿਦ ਬਈ ਨੇ ਆ ਕੇ ਸਾਕੂ ਸੀ ਅੱਜ ਲਾਜ਼ਮਾਨ ਹੀ ਇੱਕ ਨਵੀਂ ਸ਼ਹਿਰ ਦਿਖਾਓ, ਮੈਂ ਕਿ ਕਿਉਂ ਨਾ ਤੁਹਾਨੂੰ ਨਵੀਂ ਸ਼ਹਿਰ ਦਿਖਾਉਂਦੇ ਹਾਂ ਅਸੀਂ ਅਤੇ ਅਸਾਂ ਇਹੀ ਟਾਈਮ ਹੈ ਅਸੀਂ ਦਰਿਆ ਚਨਾਬ ਦੇ ਬਿਲਕੁਲ ਹੀ ਕਿਨਾਰੇ ਦੇ ਉੱਤੇ, ਪਿੱਛਾ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਦਰਿਆ ਚਨਾਬ ਅਸੀਂ ਮਾਸ਼ਾਅੱਲਾ। ਦੋਸਤੋ ਇੱਥੇ ਮੈਂ ਕੋਈ ਹਿਕਸ਼ਾ ਬਈ ਮਿਲੇ ਅਸੀਂ ਇਹ ਦੇਖ ਸਕਦੇ ਹੋ ਇਹ ਸਹੀ ਪੌਦਾ ਦੇ ਪਏ ਇਹ ਕੁਛ ਦੇਣੇ ਸੀ ਅਸਾਂ ਅੱਕ ਇਹ ਪੌਦੇ ਕੋ ਤੁਸਾਂ ਜਿਹੜੀ ਬੋਲੀ ਸੜੇਂਦੇ ਹੋ ਤੁਸਾਂ ਲਾਲਮਨ ਕਮੈਂਟਸ ਅਸੀਂ ਦੱਸੇ ਸੋ ਅਤੇ ਸਾਰੀ ਬੋਲੀ 'ਚ ਹੀ ਕੁਛ ਦੇਣੇ ਸੀ ਅੱਕ ਦੇਖ ਸਕਦੇ ਹੋ ਅਸੀਂ ਟੋਟਲ ਜਿਤਨਾ ਜੱਟ ਹਜ਼ਰਾਤ ਜਿਨ੍ਹਾਂ ਦਾ ਕਪਾਵਾਂ ਬਿਲਕੁਲ ਬਰਬਾਦ ਹੀ ਚੁੱਕੇ ਨੇ ਉਹ ਹੁਣ ਆਪਣੇ ਬਿਲਕੁਲ ਹੀ ਨਵੀਂ ਫਸਲ ਤਿਆਰ ਕਰਨ ਦੀ ਖਾਤਰ ਦੇਖ ਸਕਦੇ ਹੋ ਟੋਟਲ ਇਹ ਵਾਟਰ ਨਵੇਂ ਬਣੇ ਦੇ ਪੈਨ। ਵਾਹ ਸੀ ਵਾਹ, ਉਸਮਾਨ ਭਾਈ ਤਬੀਅਤ ਸਿਆ ਠੀਕ ਹੈ ਨਾ, ਮਜ਼ਾ ਆਉਂਦਾ ਪਿਆ ਕਹਿਣਾ? ਇਹ ਸੀ ਮਾਸ਼ਾਅੱਲਾ ਉਸਮਾਨ ਬੇਟਾ ਸੀ, ਇਹ ਸੀ ਮੁਜਾਹਿਦ ਬਈ ਦਾ ਬੇਟਾ ਸੀ, ਮਾਸ਼ਾਅੱਲਾ ਕਿਊਟ ਬੱਚਾ, ਇਹਦੇ ਵਾਸਤੇ ਦੁਆ ਕਰੇ ਸੋ। ਓ ਸਿਮਾਲ ਮੱਛੀ ਮਾਰਨੀ ਹੈ? ਹੈ ਮੱਛੀ ਦਾ ਵਿੱਚ ਡੰਬਰੇ ਹੋ ਸਨ ਵੱਡੇ ਵੱਡੇ। ਹਾਂ ਹਾਂ, ਇਹ ਦੋਸਤੋ ਇਹ ਦੇਖ ਸਕਦੇ ਹੋ ਅਸੀਂ ਇੱਥੇ ਬਿਲਕੁਲ ਇਹ ਟੋਟਲ ਇਹ ਸੀ ਦਰਿਆ ਆਏ ਹੋਏ, ਇਹ ਕਿਉਂਕਿ ਥੋੜ੍ਹਾ ਥੋੜ੍ਹਾ ਪਾਣੀ ਇਹ ਜਗ੍ਹਾ ਖੜੇ ਥੀ ਆ ਅਤੇ ਮਾਸ਼ਾਅੱਲਾ ਬੜਾ ਪਿਆਰਾ ਵਿਊ ਚੈੱਕ ਕਰੋ ਅਸੀਂ, ਮਾਸ਼ਾਅੱਲਾ ਬੜਾ ਪਰਲੀ ਸਾਈਡ 'ਤੇ ਦੇਖ ਸਕਦੇ ਹੋ, ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਵਾਂ ਸੀ ਪਰਲੀ ਸਾਈਡ 'ਤੇ ਟੋਟਲ ਹੀ ਦਰਿਆ ਚਨਾਬ ਜਿਹੜਾ ਵੱਡਾ ਦਰਿਆ ਚਨਾਬ ਹੈ ਮੈਂ ਸਮਝੋ ਟੋਟਲ ਉਹ ਪਰਾਂ ਨਜ਼ਰ ਆ ਪਏ ਇਹ ਵਹੀਰਾ ਸੀ ਨਜ਼ਰ ਆਉਂਦਾ ਪਏ ਉਹ ਜਗ੍ਹਾ 'ਤੇ ਸਾਹਮਣੇ ਜਿਹੜੀ ਹੈ ਨਾ ਕਸ਼ਤੀ ਖੜੀ ਸੀ ਉਹ ਜਗ੍ਹਾ ਦੇ ਉੱਤੇ, ਕਿਉਂਕਿ ਅਸਾਂ ਉਡੇ ਬੰਨ ਨਹੀਂ ਸਕਦੇ ਕਿਉਂਕਿ ਕਾਫੀ ਦੂਰ ਹੈ ਤਕਰੀਬਨ ਤੂੰ 1 ਕਿਲੋਮੀਟਰ ਦੇ ਫਾਸਲੇ 'ਤੇ ਇਵੇਂ ਨਜ਼ਰ ਆਉਂਦਾ ਪਿਆ, ਵੈਸੇ ਥੋੜ੍ਹਾ ਸਫ਼ਰ ਹੈ ਬਹਰਹਾਲ ਇਹ 1 ਕਿਲੋਮੀਟਰ
सफर तकरीबन अगर पैदल बन जाता क्योंकि मोटरसाइकिल का रास्ता बड़ा मुश्किल ना है क्योंकि टोटल तो पता है रेत है, रेत के चलना बड़ा मुश्किल है। दोस्तों बेड दी अपनी चासे यकीन करे सोच था जिस टाइम आया ना यकीन को इतना पुरसकून और सुकून मिलता पे हाथ करने ज़्यादा पुरसकून तबीयत थी गई है बिल्कुल फ्रेश मुझे याद भाई मजा आना पे क्या ना बड़ा मजा है सही माशाल्लाह। खड़ा पर डर लगता छोटे ने पानी कने देखो ही छोटे पे मैं के यार अंदर जोल मच्छी वगैरह बदी होवे आके कहना यार तबीयत जो आती उतनी फेट थी खड़ी क्योंकि तो पता है ढाई मान वजन है जो आता ढाई मान का कुपा चल फिर सकता नहीं इन्हें कहें जो आना गा सकता नहीं इन्हें कहने उतनी डर के खड़ गए। बहरहाल माशाल्लाह बड़ा प्यारा व्यू दोस्तों खुदा दी कुदरत अल्लाह पाक दी शान क्या शान निराली है माशाल्लाह। लेकिन कई जगह बिल्कुल पानी लगता कह नहीं कहीं जगह बिल्कुल इतना पानी हाथ के नहीं ज्यादा रोहित बच्चे अगर चले बने होता यकीन करो इतना पानी वास्ते लोग त्रसते मनता मने मनता मनोतिया मने क्योंकि भाई अल्लाह पाक बारिश दे वे ते साड़ी अपनी फसल वगैरह बने या टोबे वगैरह भरी जन बारिश के पानी नाल ते साड़े जानवर सिराब थी वन पानी के नाल असा सिराब थी पानी के नाल बरा लेके असा इतना अलहमदुल्ला साड़े इलाके अलहमदुल्ला पानी दी इतना खुशकिस्मत लोग हैं के दरिया चनाब बिल्कुल साढ़े नाल है माशाल्लाह साढ़े इलाके दे पानी भी ऊंचे बड़ी खुशकिस्मती है कि साढ़े इलाके दे पानी बिल्कुल ही मिठे हैं। दोस्तों असा हूँ दरिया का विजिट करके हूँ असं वापस वेंदे पे हैं तो क्योंकि मुजाहिद भाई को भी जल्दी है मुजाहिद भाई बासी में प्रोग्राम अचानक प्रोग्राम बने मुजाहिद भाई ने आखे कि साकू जाना विजिट करवाओ दरिया का ये क्यों पट्टी पेवे काका कित पास पटेंदे पेवे वो कतरे कतरे नाल दरिया बने सही गल है बाकी ये फसल वाल काका कित पास तैयार करें पेवे गंदों वास्ते माशाल्लाह माशाल्लाह कपास शबा बिल्कुल खत्म थी गई है। अच्छा सिलाब दी वजह कने पानी था बिल्कुल टोटल पानी ही ना अच्छा नहीं जड़े कपा ए वाड़ बच्चे खड़े एक इतवा की अच्छा इना मतलब टोटल बुढ़ गए हैं इना मतलब है अच्छा बाकी खुदा दी कुदरत नाल बस वो बच गए थोड़े बहुत इन्हें चुवल को पैदावार थी ये कह नहीं थे उस्मान भाई मजा आया क्या नहीं आया दरिया डे की थी क्या ना चलो वाले इंशाल्लाह नेक्स्ट टाइम जल्द आसो ना वाले इंशाल्लाह वाले जाला चाहती असू मच्छी मरे सू ठीक है ना दूर दूर तक जड़े नजर आने पे टोटल जानवर ही वैसे माशाल्लाह देखो गमी मंजी उतु के जड़े इलाके वाले ना माशाल्लाह इतना मेहनत काश है इतना मेहनती है जानवर शो दे डेली खेल के नहीं शहर का रुख करें क्योंकि इतना चरान होती है बिल्कुल घा वगैरह भी कह नहीं सटेंदे मोल कह नहीं गिनते गा सारी जमात चरे ने नूंदे कहने बाद शाम को चले पे अपने घर दो और यकीन करे उसने इन्होंने माशाल्लाह इनकम काफ़ी सारी इनकम होती है जो अपना दूध वगैरह बेच के ना अपने बालों की रोजी बन दोस्तों आ देना रोलते गए हैं बरल चस बड़ी आई है क्या दिन मुजाहिद भाई चस बड़ी आई है रोलते गए हैं चस बड़ी आई है चस बड़ी आई है यकीन करे सो पूरा इलाका तकरीबन 5 किलोमीटर एरिया बम बम पे बम बम पे त्रै चनाब का विजिट करके हूँ वापस बलते पे ऐसे ही तो यकीन करो बड़ा बड़ी चस आई है बड़ा माहौल बनाया उतमान के और माशाल्लाह अल्लाह पाक की कुदरत के करिश्मे इतना हाथ करे उधर मेटी थी तो यकीन करे सो के चस भी बड़ी आई है मजा ही बड़ा है बड़ा लेके बिल्कुल देख सकते राखी दे टोटल तो मिट्टी मिट्टी नजर आ रही है यार भाई ओए यार भाई थकावट की वजह कने हबा शान है बेटे और सी बात को खा रहा है बिल्कुल क्या करती है कि दोस्तों इधर जो सारे वीडियो लाल बटन सब्सक्राइब करें पहले कहना आप दिलाओ प्रेस करें सुबह की सारी जल्दी आप प्रेस करते हैं इंशाल्लाह नेक्स्ट टाइम नेक्स्ट वीडियो के नाम मिलते हैं आप तक अल्लाह हाफिज़। Thank you.